ਹੋਰ ਜਾਨਵਰ ਛੱਡੋ, ਲੋਕ ਡੱਡੂ ਵੀ ਖਾ ਲੈਂਦੇ ਨੇ। ਤੁਸੀਂ ਸਹੀ ਸੁਣਿਆ, ਲੇਕਿਨ ਇਹ ਪੰਜਾਬ ਜਾਂ ਇੰਡੀਆ ਦੇ ਵਿੱਚ ਨਹੀਂ, ਇਹ ਚਾਈਨਾ ਦੇ ਵਿੱਚ ਕੀਤਾ ਜਾਂਦਾ। ਚਾਈਨਾ ਦੇ ਵਿੱਚ ਸਪੈਸ਼ਲ ਡੱਡੂਆਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਡੱਡੂਆਂ ਨੂੰ ਕਹਿ ਦਈਏ ਪਾਲਿਆ ਪੋਸਿਆ ਜਾਂਦਾ ਜਾਨਵਰਾਂ ਦੇ ਵਾਂਗੂ। ਇਹਨਾਂ ਨੂੰ ਵਧੀਆ ਖੁਰਾਕ ਦਿੱਤੀ ਜਾਂਦੀ ਆ, ਇਹਨਾਂ ਨੂੰ ਕਹਿ ਦਈਏ ਹੱਟੇ ਇਕੱਠੇ ਕਰਕੇ ਵਧੀਆ ਸਿਹਤ ਬਣਾ ਕੇ ਇਹਨਾਂ ਦੀ, ਇਹਨਾਂ ਨੂੰ ਮਾਰਕੀਟ ਦੇ ਵਿੱਚ ਜ਼ਿਆਦਾ ਵੱਡੇ ਹੋ ਜਾਂਦੇ, ਇਹਨਾਂ ਦੀ ਉਮਰ ਵੇਚਣ ਯੋਗ ਹੋ ਜਾਂਦੀ, ਇਹਨਾਂ ਨੂੰ ਵੇਚ ਦਿੱਤਾ ਜਾਂਦਾ। ਅਤੇ ਚਾਈਨਾ ਦੇ ਲੋਕ ਬੜੇ ਖੁਸ਼ ਹੋ ਕੇ ਸੱਪਾਂ ਦਾ ਮੀਟ ਖਾਣ ਦੇ ਇਲਾਵਾ ਜ਼ਿਆਦਾ ਡੱਡੂ ਦੇ ਮੀਟ ਨੂੰ ਪ੍ਰੈਫਰ ਕਰਦੇ ਨੇ। ਡੱਡੂ ਦਾ ਮੀਟ ਆ ਜੋ ਭਾਰਾ ਡੱਡੂ ਦੇਖ ਕੇ, ਹੌਲਾ ਡੱਡੂ ਦੇਖ ਕੇ ਆਪਦੇ ਹਿਸਾਬ ਨਾਲ ਮਾਰਕੀਟ 'ਚ ਖਰੀਦਦੇ ਨੇ, ਘਰ ਲਿਆ ਕੇ ਉਹਦਾ ਮੀਟ ਬਣਾਉਂਦੇ ਨੇ ਅਤੇ ਖਾਂਦੇ ਨੇ। ਹੋਰ ਜਾਨਵਰ ਛੱਡੋ, ਲੋਕ ਡੱਡੂ ਵੀ ਖਾ ਲੈਂਦੇ ਨੇ। ਤੁਸੀਂ ਸਹੀ ਸੁਣਿਆ, ਲੇਕਿਨ ਇਹ ਪੰਜਾਬ ਜਾਂ ਇੰਡੀਆ ਦੇ ਵਿੱਚ ਨਹੀਂ, ਇਹ ਚਾਈਨਾ ਦੇ ਵਿੱਚ ਕੀਤਾ ਜਾਂਦਾ। ਚਾਈਨਾ ਦੇ ਵਿੱਚ ਸਪੈਸ਼ਲ ਡੱਡੂਆਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਡੱਡੂਆਂ ਨੂੰ ਕਹਿ ਦਈਏ ਪਾਲਿਆ ਪੋਸਿਆ ਜਾਂਦਾ ਜਾਨਵਰਾਂ ਦੇ ਵਾਂਗੂ। ਇਹਨਾਂ ਨੂੰ ਵਧੀਆ ਖੁਰਾਕ ਦਿੱਤੀ ਜਾਂਦੀ ਆ, ਇਹਨਾਂ ਨੂੰ ਕਹਿ ਦਈਏ ਹੱਟੇ ਇਕੱਠੇ ਕਰਕੇ ਵਧੀਆ ਸਿਹਤ ਬਣਾ ਕੇ ਇਹਨਾਂ ਦੀ, ਇਹਨਾਂ ਨੂੰ ਮਾਰਕੀਟ ਦੇ ਵਿੱਚ ਜ਼ਿਆਦਾ ਵੱਡੇ ਹੋ ਜਾਂਦੇ, ਇਹਨਾਂ ਦੀ ਉਮਰ ਵੇਚਣ ਯੋਗ ਹੋ ਜਾਂਦੀ, ਇਹਨਾਂ ਨੂੰ ਵੇਚ ਦਿੱਤਾ ਜਾਂਦਾ। ਅਤੇ ਚਾਈਨਾ ਦੇ ਲੋਕ ਬੜੇ ਖੁਸ਼ ਹੋ ਕੇ ਸੱਪਾਂ ਦਾ ਮੀਟ ਖਾਣ ਦੇ ਇਲਾਵਾ ਜ਼ਿਆਦਾ ਡੱਡੂ ਦੇ ਮੀਟ ਨੂੰ ਪ੍ਰੈਫਰ ਕਰਦੇ ਨੇ। ਡੱਡੂ ਦਾ ਮੀਟ ਆ ਜੋ ਭਾਰਾ ਡੱਡੂ ਦੇਖ ਕੇ, ਹੌਲਾ ਡੱਡੂ ਦੇਖ ਕੇ ਆਪਦੇ ਹਿਸਾਬ ਨਾਲ ਮਾਰਕੀਟ 'ਚ ਖਰੀਦਦੇ ਨੇ, ਘਰ ਲਿਆ ਕੇ ਉਹਦਾ ਮੀਟ ਬਣਾਉਂਦੇ ਨੇ ਅਤੇ ਖਾਂਦੇ ਨੇ।